ਨੂੰ ਬੇਨਤੀ ਆ ਵੀ ਉਹ ਜਲਦੀ ਤੋਂ ਜਲਦੀ ਐਂਟਰ ਹੋ ਜਾਣ ਕਬੱਡੀ ਓਪਨ। ਅਸੀਂ ਠੀਕ 2 ਵਜੇ ਜਿਹੜੇ ਮੁਕਾਬਲੇ ਸ਼ੁਰੂ ਕਰਵਾ ਦਾਂਗੇ। 20 ਮਿੰਟ ਦਾ ਸਮਾਂ ਹੋਰ ਆ, 1:40 ਹੋ ਚੁੱਕੇ ਆ ਔਰ ਠੀਕ 20 ਮਿੰਟਾਂ ਬਾਅਦ ਕਬੱਡੀ ਓਪਨ ਦੀਆਂ ਟਾਈਆਂ ਪਾ ਕੇ ਅਸੀਂ ਮੈਚ ਜਿਹੜੇ ਸ਼ੁਰੂ ਕਰਵਾਵਾਂਗੇ ਕਬੱਡੀ ਓਪਨ। ਕਬੱਡੀ ਸਟਾਰ ਸ਼ੀਰਾ ਪਿੱਥੋ, ਘੋਨੀ ਰਾਣੀ ਵਾਲਾ, ਖਰਾਜੀ ਪਿੱਥੋ, ਲੱਖੂ ਪੁੱਛੋ ਸਾਡੇ ਦਰਮਿਆਨ ਪਹੁੰਚੇ, ਅਸੀਂ ਇਹਨਾਂ ਨੂੰ ਇੱਥੇ ਪਹੁੰਚਣ ਤੇ ਜੀਆਂ ਨੂੰ ਆਖਦੇ ਹਾਂ। ਸੁਲਤਾਨ ਸ਼ਮਸ਼ਪੁਰੀਆ, ਕਾਲਾ ਪਰਮਜੀਤਪੁਰੀਆ, ਫਾਲੀ ਫਤਿਹਗੜ੍ਹ ਛੰਨਾ, ਗੱਗੀ ਖੀਰਾਂ ਵਾਲੀਆ, ਵੱਡੇ ਸਟਾਰ ਜਿਹੜੇ ਅੱਜ ਵੱਖੋ ਵੱਖਰੀਆਂ ਟੀਮਾਂ ਦੇ ਵਿੱਚ ਖੇਡਣਗੇ। ਮੇਰੀ ਬੇਨਤੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਵੀ 20 ਮਿੰਟ ਦਾ ਸਮਾਂ ਹੋਰ, ਬਾਅਦ ਵਿੱਚ ਕੋਈ ਵੀ ਟੀਮ ਜਿਹੜੀ ਐਂਟਰ ਨਹੀਂ ਕੀਤੀ ਜਾਵੇਗੀ। 20 ਮਿੰਟ ਦੇ ਵਿੱਚ ਜਿਹੜੀ ਟੀਮ ਐਂਟਰ ਕਰਵਾਉਣਾ ਚਾਹੁੰਦੇ ਆ ਕੋਈ ਵੀ ਟੀਮ ਕਰਵਾ ਸਕਦੇ ਆ। ਧੰਨਵਾਦ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ। ਜਲਦ ਮੈਚ ਦੀ ਸ਼ੁਰੂਆਤ ਹੋਵੇਗੀ ਕਬੱਡੀ 60 ਕਿਲੋ ਦੀ ਖੇਡ ਮੈਦਾਨ ਵਿੱਚ। ਰੌਂਤਾ ਤੇ ਗੋਲੇ ਵਾਲਾ ਪਿੰਡ ਦੋਵੇਂ ਵੇਟਿੰਗ ਬੂਥ ਵਿੱਚ ਬੈਠ ਜਾਣ। ਰੌਂਤਾ ਦੇ ਗੋਲੇ ਵਾਲਾ ਪਿੰਡ, ਸਾਧਾ ਵਾਲਾ ਤੇ ਲੋਹਾਰਾ, ਸਾਧਾ ਵਾਲਾ ਤੇ ਲੋਹਾਰਾ, ਇਹ ਵੀ ਟੀਮਾਂ ਰੈਡੀ ਹੋ ਜਾਣ। ਬਿਲਕੁਲ ਗਰਾਊਂਡ ਕਲੀਅਰ ਕੀਤਾ ਜਾਵੇ ਮੈਦਾਨ ਵਿੱਚ। ਨਿਰਮਲ ਸਿੰਘ ਜੀ ਹੈਂਡੀਕੈਪਟ ਜੀ ਨੇ 70 ਕਿਲੋ ਦੀ ਬੈਂਚ ਪ੍ਰੈਸ ਲਾਈ ਹੈ, ਇਹਦਾ ਵੀ ਮਾਣ ਸਤਿਕਾਰ ਕਰਨਾ। ਦਰਸ਼ਕਾਂ ਦੇ ਚਿਹਰੇ ਵਿੱਚ ਮੇਰਾ ਵੀਰ ਚੱਕਰ ਲਾ ਰਿਹਾ। ਬਾਬਾ ਪਾਰਸ ਮੁੰਡ ਜੀ ਖੁਖਰਾਣਾ ਫੋਕਲ ਪੁਆਇੰਟ ਵਾਲੇ, ਜਿੱਥੇ ਬਾਬੇ ਗੁਰਦਾਸ ਦਾ ਇਸ ਸਾਲ ਖੁੱਲ੍ਹਾ ਅਖਾੜਾ ਲੱਗਦਾ, ਬਾਬਾ ਜੀ ਨੇ ਵੀ ਇਸ ਨੌਜਵਾਨ ਨੂੰ ਮੋਟਰਸਾਈਕਲ ਦਿੱਤਾ। ਨਿਰਮਲ ਸਿੰਘ ਹੈਂਡੀਕੈਪਟ ਜੀ ਲਾਲਾ ਨੌਜਵਾਨ ਗੇੜਾ, ਜੋ ਤੇਰੇ ਕਰਮਾਂ ਚ ਤੈਨੂੰ ਸਾਰੇ ਵੀਰਾਂ ਨੇ ਦੇ ਦੇਣਾ, ਜੋ ਮੈਂ ਜ਼ੋਰ ਨਾਲ ਤੇਰੀ ਖਾਤਰ ਲਾਤਾ, ਇਸ ਵੀਰ ਦਾ ਜ਼ਰੂਰ 10-50 ਜ਼ਰੂਰ ਮਾਣ ਕਰਨਾ ਮੇਰੇ ਵੀਰ ਦਾ ਹੈਂਡੀਕੈਪਟਾ। ਪਰਮਾਤਮਾ ਨਾ ਕਰੇ ਜੀ ਕਿਸੇ ਨਾਲ। ਬਿਲਕੁਲ ਜਿਹੜੇ ਅਗਲੇ ਮੈਚ ਆ ਰੌਂਤਾ ਤੇ ਗੋਲੇ ਵਾਲਾ ਪਿੰਡ, ਸਾਧਾ ਵਾਲਾ ਤੇ ਲੋਹਾਰਾ, ਉੱਧਰ ਸਤਿਕਾਰ ਕਰਾਂਗਾ ਸਾਰੇ ਖੇਡ ਪ੍ਰਮੋਟਰਾਂ ਦਾ। ਨਿਸ਼ਾਨ ਸਿੰਘ ਭਾਮੀਪੁਰਾ, ਪ੍ਰਿਤਪਾਲ ਸੇਖੋ ਦਾਖਾ, ਬੱਬੀ ਚੜਿੱਕ ਜੀ, ਜੁਗਰਾਜ ਬਰਾੜ, ਪੱਪੀ ਬੰਧੇਰ, ਚੰਨਾ ਕਾਲਖ, ਜਲੰਧਰ ਸਿੰਘ ਸਿੱਧੂ, ਪੰਜ ਗ੍ਰਾਈ, ਇਹਨਾਂ ਵੀਰਾਂ ਦਾ ਆਪਾਂ ਸਤਿਕਾਰ ਕਰਾਂਗੇ। ਮੇਜਰ ਭਲੂਰ ਜੀ, ਨਵੀ ਅਚਰਵਾਲ, ਸੈਂਡੀ ਮਾਨ ਜੀ, ਸੁੱਕਾ ਧਾਲੀਵਾਲ, ਧਾਨਾ ਵੈਰੋ ਕੇ, ਸ਼ੇਰਾ ਢਿੱਲੋ, ਸਵਿੰਦਰ ਭਿੰਡਰ ਤੇ ਜਰਨੈਲ ਸਿੰਘ ਸਾਡਾ ਵੀਰ, ਇਹਨਾਂ ਸਾਰੇ ਕੈਨੇਡਾ ਵਾਲੇ ਖੇਡ ਪ੍ਰਮੋਟਰਾਂ ਦਾ ਵੀ ਆਪਾਂ ਸਤਿਕਾਰ ਕਰਾਂਗੇ। ਸਰਦਾਰ ਅਮਰਜੀਤ ਸਿੰਘ ਜੀ ਸਰਪੰਚ, ਚੇਅਰਮੈਨ ਲੰਡੇ ਕੇ, ਉਹਨਾਂ ਨਾਲ ਕਰਮਪਾਲ ਸਿੰਘ ਸਿੱਧੂ, ਕਰਮਾ ਲੰਡੇ ਕੇ ਖੇਡ ਪ੍ਰਮੋਟਰ, ਇਹ ਉਹਨਾਂ ਸਾਰੇ ਵੀਰਾਂ ਨੂੰ ਮਹਿਕ ਤੋਂ ਸਤਿਕਾਰ ਦਿੰਦੇ ਆ ਔਰ ਵਧਾਈ ਵੀ ਭੇਜਦੇ ਆ ਅੱਜ ਦੇ ਲੰਡੇ ਕਹਿੰਦੇ ਕਬੱਡੀ ਕੱਪ ਦੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਸਤਿਕਾਰ ਕਰਾਂਗੇ, ਭਾਵੇਂ ਇੰਗਲੈਂਡ ਦੀ ਫੈਡਰੇਸ਼ਨ ਆ ਜਾਂ ਇਟਲੀ ਦੀ ਫੈਡਰੇਸ਼ਨ ਆ ਜਾਂ ਕੈਨੇਡਾ ਦੀਆਂ ਫੈਡਰੇਸ਼ਨਾਂ, ਇਹਨਾਂ ਸਾਰੇ ਵੀਰਾਂ ਦਾ ਆਪਾਂ ਸਤਿਕਾਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ।
बिल्कुल जल्द मुकाबला शुरू हो जा रहा, दोवें टीमां सुट ला लो। पार नौजवाना कबड्डी खेड मैदान के अरदास करके जब भी कार्य शुरू कर गए फिर जीत ही जीत पंजाबियों की। आए गैरी सेवा च ना कोई कसर छड़ते, यह भी पुरानी है रीत पंजाबियों की। जबर जुल्म नूं जड़ तों कट दिंदे जद वी उठे शमशीर पंजाबियों की। बिण गए इस देश अंदर शहीदियां पाउण लई पहली कतार है वीर पंजाबियों की। राजी ढल्ले के पिंड वाला अगली कबड्डी पाता होया खेड दे मैदान विच, पर जीता खोसा पांडू दा नहीं मनदा कि पॉइंट धावी दे हिस्से जुड़दा होया। चल भी नौजवाना पा अगली कबड्डी। वाह नौजवाना पूरी बल्ले बल्ले आ, कहिंदे गीता कोड़ करोड़ पिंड दा दुनिया दा महान जापी आ। कहिंदे जदों इंद्रजीत मुल्ला पर नाल साडा वीर केवल सिंह यूएसए वाला पीटर संधु जी जदों कबड्डी दा महाकुंभ करवाउंदे सी ते कहिंदे आ नौजवान लुधियाने कबड्डी कप दा बेस्ट जाफी सी गीता कोड़ करोड़ दा पिंड वाला मोटरसाइकल माण विच मिले। कबड्डी छड्डण तों बाद इस वीर दा वी आपां सत्कार करांगे। लो राजी ढल्ले के पिंड वाला उखड़दे पैर ते पॉइंट नौजवान धावी दे हिस्से जुड़दा होया। रौंता ते गोले वाला पिंड दोवे टीमां वेटिंग बॉक्स च पुजण, साधा वाल ते लोहारा जिहड़ी अगली मैच ते बाद पाउणी आ तारे किशनपुर वाले ने पाउणी आ। रौंता ते गोले वाला दोवें टीमां बिल्कुल हाथ खड़ा करो दोवें टीमां। रौंता ते गोले वाला जी दोवें टीमां पुज गईआं करमे वीर, साधा वाला ते लोहारा अगला मैच होवेगा इन्हां खेड मैदानां विच। चल भी नौजवाना पा अगली कबड्डी, क्योंकि दर्शीर मैडा बलारा तो है नहीं देसी बंदा देसी जट, क्योंकि पंजाबियों की एक कहावत आ जटा की जड़ी गल आ उही आपां मैदान विच करांगे। लो सामने पई ही कबड्डी खेड मैदान विच कि जट अपनी आई ते जदों आ गए पता लग जू मैदान ने जदों छा गए भाइयां वर्गण कितों मिलदा प्यार एवें गहरा पिछे लग नाते तोड़ दिंदे ने किहड़ियां शंगा नहीं हो चक्की फिरदे यार खड़े ही खड़ोते मुख मोड़ दिंदे ने। वेख नौजवाना कबड्डी पैंदी हुई खेड दे मैदान विच। लाला नौजवाना कालू तू भी कर ला कारवाई, तू ना रह जी पिछे। इस नौजवान ने छाल लाउणगा इस वीर का भी माण सत्कार करना मेरे वीर का। उधर मैदान में सिरे का मैच खेडा जा रहा, पूरी दुनिया अज लंडे गिरे कबड्डी कप ने जोड़ी बैठी आ। राजी कहते नौजवान ढल्ले गए पिंड महिते का पिंड आ नाजर वैद का पिंड आ, कहते चरना पुजेगा जे दुनिया का सटार महान जाफी कहांगा। इधर पई कबड्डी उधर खुच भरी आ उखड़ते पैर वजदी तौल पूरी बल्ले बल्ले दर्शकों खेड मैदान विच के चक्के जाम हो गए तुरी जांदी रेल दे मुंडियां दी हिक उत्ते सप लेट दे नी तैनू वेख के वाह आ नजारा इन्हां खेड मैदानां दा पूरी बल्ले बल्ले आ कि जे जिगरे है नहीं तां की करने जिसम अटे ते कट्टे ओ कामयाब नहीं हुंदे जिहड़े लाउंदे रट्टे कागज भी आप नहीं फड़दे उन्हां लिख लिख के फाड़ना पैंदा है जे जिंदगी विच कोई करना होवे तां मनदीप सिंह मन नूं मारना पैंदा। कहिंदे विक्की साई ने वड्डा प्यार दित्ता मैनूं उन्हां साईयां नूं वी मैं जिक्र करांगा जिन्हां ने गुरती दित्ती मां खेड कमेंटरी दी। इधर पई हुई कबड्डी खेड मैदान विच वाह नौजवाना पॉइंट धावी दे हिस्से जुड़दा होया। उधर गुरु घर विच गुरद्वारा साहब गुरु के लंगर तट वरत रहे आ सारे दर्शक वीरां नूं खुला सद्दा और खेड प्रेमियां नूं प्यार सत्कार दे लंगर पानी छक सकदे मेरी बेनती आ गुरु घर दा लंगर। पिंदर यूएसए वालों जिहड़े नौजवान ने जफ्फा लाया तवंडी भगेरियां वाले नूं 100 रुपया मेरे वीर तू बाय हैंड उस वीर तक पहुंचदा कर दे मेरी बेनती आ। एक स्पेयर वीर लै जे मैं इत्थों आके
तलवंडी भंगेरिया के सपेर पुजी अपने पैसे लै जाए बाय हैंड मेरी बेनती है जेडे खिलाड़ियों के पैसे आ खिलाड़ी भी उन्होंने पहुंचते कर दिते जान सारे वीर का आप सत्कार करांगे चल भी नौजवाना पा अगली कबड्डी रौंता ते गोले वाला पिंड साधा वाल ते लोहारा ये भी टीम रेडी हो जाए नाल तारा किशनपुरे वाला वह भी मेरा वीर पूजा अगली मैग से बाद पावेगा इधर पई हुई कबड्डी पॉइंट गुरजीत खालसा लंघन पिंड का विसल मारदा चौथा परल वर्ल्ड कबड्डी कप देव दयालपुरे का पीडीसी न्यूज के जरिए आप तकियां विसल इन्हां वीरां दा उधर कबड्डी राजी तल्ले के पिंड वाला पाउंदा होया गुरमीत सिद्धू यूएसए वाला वीर कहिंदा उधर कहिंदे काफी रात आ नींदरे नूं चलदा होया मेरा वीर पूरा आनंद माणदा मां केड़ी कबड्डी का कहिंदे सुखे कंडियाल दे कहिंदे बोलदे पैसे 11,000 रुपए की अज वड्डी राशि दित्ती जानी आ सुखे कंडियाल नूं ते अगले साल गुरमीत सिद्धू यूएसए वाला वीर कहिंदा कि आपां गोल्ड मैडल पा देना सुखे कंडियाल दे गल विच इन्हां वीरां दा बहुत बहुत धन्नवाद आ प्रवासी वीर जिउंदे रहिण पिंदर सिद्धू यूएसए वाला वीर राजी लंदे के वाले लई 100 रुपए का वड्डा मान भेजदा पिंदर यूएसए वाला वीर तारा साहब पैसे फड़ी जा आप इन्हें वीर देने एक तलवंडी भंगेरिया वाले धावी का 100 ते एक राजी धल्ले के पिंड वाले का 100 पूजा इन वीर का आप सत्कार करेंगे पिंदर यूएसए वाला वीर वड्डे माण भेज गया आप सत्कार करेंगे सारे प्रवासी वीर का साडा वीर पिंदा नंबरदार कनेडा उन्होंने नाल साढ़े वीर जिन्हें भी एन आर वीर पूजे आ उन्हें वीर का भी आप सत्कार करेंगे मैग तो मोटा साडा वीर कनेडा वाला उस वीर का भी आप सत्कार करते हैं जग्गा आस्ट्रेलिया वाला वीर उस वीर का भी आप सत्कार करते हैं रूपी न्यूजीलैंड साड़ी जिंदगी का पर मित्र इधर राजी ढल्ले के पिंड वाला अगली कबड्डी पाता होया लंडे कहना पुत बन के लो पई ही कबड्डी खेड मैदान के घर का जोगी सिद्ध नहीं हों बारला सिद्ध कहा काम जाबिया वेख जमाना कितों सुख मना लंघे आनिया जोधिया चोभा लादे थकते नहीं जब गुड्डी चढ़ जाए अंबरी ते कर परसा फिर यही लोग सलाउंदे थकते नहीं फिर यही लोग सलाउंदे थकते नहीं कहिंदे लाउंदे भी लोग आ ते चढ़ाउंदे भी लोग आ ये गल कहिंदे अमरीक खोसे कोटले वाले ने पहला करती आ इन्हां खेड मैदानां विच लो पॉइंट रेडर दे हिस्से जोड़दा होया उधर पिंदर सिद्धू यूएसए वाला वीर सरदार गुरमीत सिंह जी सिद्धू यूएसए वाले उन्होंने सपुत्र जेडे माण कर रहे मेरे वीर साड़ी जिंदगी का पर मित्र पिंदर सिद्धू यूएसए वाला वीर जिंदा रहे परमात्मा की लंबी उम्र बख्शे जेडे इन्हां खिलाड़ी वीर का वड्डा माण सत्कार कर रहे हैं जुग जुग जवानियां मलन सारे साडे वीर कई यार यार मनदीप कहिंदे ने कालगे वाले कट्ठे रहिंदे ने उहदी कृपा नाल कम चलाई फिरदे जोगियां दे कन्नां विच वेखिया ने मुंदरा ते जट्टां दे मुंडे भी हुण पाई फिरदे की ख्याल है दर्शकीरो मार दो ताड़ियां पिंदर यूएसए वाला कहिंदे 100 देवेगा जे जफ्फा लग गया पूरी बल्ले बल्ले आ वाह वाह नौजवाना चढ़ाता निम ते करेला लो पॉइंट जाफियां दे हिस्से जुड़दा होया पिंदर यूएसए वाला सरदार गुरमीत सिंह जी सिद्धू यूएसए वाला उन्हां दा सपुत्र अज वड्डी मान कर रहा आप सत्कार देवांगे मैक तो उधर सरदार अमरजीत सिंह जी सरपंच लंडे के पिंड वाले चेयरमैन पूरे खोचा उन्हां नाल साडा वीर सीरा उन्हां वीरां दा भी आप सत्कार करेंगे अज कहिंदे करमे वीर का चाण ही चक्या जा रहा एक बार खुल के ताड़ियां मारो दर्शकीरो पॉइंट फिर दसांगा कि टीम के किन्ने पॉइंट अगला जिहड़ा मैच आ रौंता ते गोले वाले का पैसे लै जाओ तलवंडी भंगेरिया के एक खिलाड़ी पैसे लै जाए ते नाल तलवंडी भंगेरिया के खिलाड़ी पैसे लै जाण नाल जिहड़ी पिंड की मेजबान टीम का राजी ढल्ले के वाला वह भी 100 लै जाए हैलो तलवंडी भंगेरिया के पॉइंट ने 11 पॉइंट तलवंडी भंगेरिया जेतू आ लंडे के पॉइंट ने 5.5 पॉइंट जी तलवंडी भंगेरिया की टीम बिल्कुल जेतू उधर करपाल सिंह जी लंडे के उन्होंने वालों 500 रुपये का वड्डा मान पूजा नरम सिंह हैंडीकैप्ट 200 रुपये का वड्डा मान भेजा साडे वीर हैप्पी साडा वीर
ਆਸਟ੍ਰੇਲੀਆ ਨਾਲ ਰੂਪੀ ਨਿਊਜ਼ੀਲੈਂਡ ਜੀ ਔਰ ਜਿੰਨੇ ਵੀ ਪ੍ਰਵਾਸੀ ਵੀਰ ਆ ਰੂਪੀ ਨਿਊਜ਼ੀਲੈਂਡ ਜੀ ਉਹ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜਾ ਮੇਰਾ ਵੀਰ ਉਸ ਵੀਰ ਦਾ ਆਪਾਂ ਸਤਿਕਾਰ ਕਰਾਂਗੇ ਬਿਲਕੁਲ ਮੁਕਾਬਲਾ ਸ਼ੁਰੂ ਆ ਤੇ ਜਿਹੜੀ ਅਗਲੀ ਬਾਤ ਪਾਉਣੀ ਮੈਗ ਤੋਂ ਤਾਰਾ ਕਿਸ਼ਨਪੁਰੇ ਨੂੰ ਆਪਾਂ ਸਤਿਕਾਰ ਦੇਵਾਂਗੇ ਮੈਗ ਤੋਂ ਤਾਰਾ ਕਿਸ਼ਨਪੁਰਾ ਹੈਲੋ ਸ਼ੁਕਰ ਕਰੀਏ ਉਸ ਪਰਮਾਤਮਾ ਦਾ ਜਿਹਨੇ ਮਿੱਟੀ ਦੇ ਜਿਸਮ ਨੂੰ ਜਾਨ ਬਖਸ਼ੀ ਕੁਝ ਸੋਚਣ ਲਈ ਦਿਮਾਗ ਦਿੱਤਾ ਕੁਝ ਬੋਲਣ ਲਈ ਜ਼ਬਾਨ ਬਖਸ਼ੀ ਇੱਕ ਵਤਨ ਸਾਨੂੰ ਪੰਜਾਬ ਦਿੱਤਾ ਉੱਤੋਂ ਵੱਖਰੀ ਸਾਨੂੰ ਪਹਿਚਾਣ ਬਖਸ਼ੀ ਜਿੱਥੇ ਜਾਈਦਾ ਲੋਕੀ ਸਰਦਾਰ ਕਹਿੰਦੇ ਸਾਨੂੰ ਇੰਨੀ ਉਸ ਵਾਹਿਗੁਰੂ ਨੇ ਸ਼ਾਨ ਬਖਸ਼ੀ ਸਾਦਾ ਵਾਲੀ ਤੇ ਲੋਹਾਰੇ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣਗੇ ਅਗਲਾ ਮੁਕਾਬਲਾ ਇਹਨਾਂ ਟੀਮਾਂ ਦੇ ਵਿਚਕਾਰ ਹੋਣਾ ਹੈ ਸਾਦਾ ਵਾਲੀ ਵਰਸੇ ਲੋਹਾਰਾ ਰੌਂਤੇ ਤੇ ਗੋਲੇ ਵਾਲੇ ਦਾ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਰੌਂਤੇ ਦੀ ਟੀਮ ਜਿਹੜੀ ਉਹ ਆਪਾਂ ਆਖੀਏ ਕਿ ਲੰਡੇ ਕੇ ਪਿੰਡ ਵਾਲੀ ਸਾਈਡ ਹੈ ਤੇ ਨਹਿਰ ਵਾਲੀ ਸਾਈਡ ਜਿਹੜੀ ਟੀਮ ਹੈ ਮੇਰੇ ਵੀਰੂ ਉਹ ਗੋਲੇ ਵਾਲੇ ਦੀ ਹੈ ਦੋਨੋਂ ਟੀਮਾਂ ਦੇ ਵਿਚਕਾਰ ਮੁਕਾਬਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਲਓ ਪਹਿਲੀ ਕਬੱਡੀ ਨਾਈਆਂ ਨੇ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ ਕਿ ਪੀ ਕੇ ਦੁੱਧ ਤੋਂ ਮਲਾਈਆਂ ਯਾਰ ਉਹ ਚੱਟ ਦੇ ਖੇਡ ਖੇਡ ਕੇ ਕਬੱਡੀ ਵਾਵਾ ਖੱਟ ਦੇ ਸਾਡੀ ਕੌਮ ਦਾ ਹੈ ਸਰਮਾਇਆ ਪੰਜਾਬ ਦੀ ਇਹ ਸ਼ਾਨ ਮਿੱਤਰੋ ਇਹ ਨਾ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਹੀ ਰਹੂ ਮਾਣ ਮਿੱਤਰੋ ਇਹ ਨਾ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਹੀ ਰਹੂ ਮਾਣ ਮਿੱਤਰੋ ਕਰਮਪਾਲ ਸਿੱਧੂ ਮੇਜਰ ਭਲੂਰ ਜੀ ਜਲੰਧਰ ਸਿੰਘ ਜੀ ਸਿੱਧੂ ਹੋਰੀ ਵੱਡੀ ਦੇਣਾ ਮਾ ਖੇਡ ਕਬੱਡੀ ਨੂੰ ਮੇਰੇ ਵੀਰੋ ਕਿ ਸਿੱਧੂਆਂ ਦੇ ਮੁੰਡੇ ਦੀਆਂ ਗੱਲਾਂ ਯਾਰ ਵੱਡੀਆਂ ਦਿੰਦਾ ਇਹ ਖਿਡਾਰੀਆਂ ਨੂੰ ਬੋਲਣ ਤੇ ਗੱਡੀਆਂ ਸਿੱਧੂ ਦੇ ਮੁੰਡਿਆਂ ਦੀਆਂ ਗੱਲਾਂ ਨੇ ਯਾਰ ਵੱਡੀਆਂ ਲਓ ਸਾਹਮਣੇ ਫਿਰ ਰਾਤੇ ਵਾਲੇ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਤਿੰਨ ਜਾਫੀ ਹੈ ਹੁਣ ਰਾਤੇ ਵਾਲੇ ਦੀ ਪਾਈ ਹੋਈ ਕਬੱਡੀ ਤੇ ਹੁਣ ਝਪਟ ਕਰਾ ਰਹੀ ਹੈ ਵਾਹ ਤੇਰੇ ਗੱਭਰੂਆ ਕੀਤੀ ਹੋਈ ਕੋਸ਼ਿਸ਼ ਖੇਡ ਮੈਦਾਨ ਦੇ ਵਿੱਚ ਕਿ ਧਾਵੀ ਦੇ ਲਈ ਭਾਅ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੜਦੀ ਰੇਡ ਤਾਂ ਹੀ ਨੱਪੇ ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੜਦੀ ਰੇਡ ਤਾਂ ਹੀ ਨੱਪੇ ਉਹੀ ਜਾਫੀ ਮੇਰੇ ਵੀਰੋ ਟੌਪ ਦਾ ਮੰਨਿਆ ਜਾਂਦਾ ਅੱਤ ਦਾ ਮੰਨਿਆ ਜਾਂਦਾ ਜਿਹੜਾ ਉੜਦੀ ਰੇਡ ਤਾਂ ਹੀ ਨੱਪੇ ਉਹ ਮੁੰਡੇ ਨੇ ਬੋਲਿਆ ਸੀ ਉਹਨੂੰ ਪੁੱਛ ਲਾ ਇਧਰਲੇ ਪਾਸੇ ਆ ਕੇ ਲਓ ਸਾਹਮਣੇ ਫਿਰ ਪਾਉਂਦਾ ਹੋਇਆ ਕਬੱਡੀ ਖੇਡ ਮੈਦਾਨ ਦੇ ਵਿੱਚ ਵਾਹ ਤੇਰੇ ਗੱਭਰੂ ਹੁਣ ਸਾਹਮਣੇ ਪਾਈ ਹੋਈ ਕਬੱਡੀ ਤੇ ਝਪਟ ਕਰਾ ਰਹੀ ਆ ਕਿ ਹੁਣੀ ਝਪਟ ਕਰਾ ਰਹੀ ਭੈਣੇ ਧਰਤੀ ਨੂੰ ਖੁੱਤ ਜੀ ਧਾਨੋ ਮਾਮਾ ਜਿਨ੍ਹਾਂ ਦੇ ਖੇਡਦੇ ਕਬੱਡੀ ਪੁੱਤ ਜੀ ਧਾਨੋ ਮਾਮਾ ਜਿਨ੍ਹਾਂ ਦੇ ਖੇਡਦੇ ਕਬੱਡੀ ਪੁੱਤ ਜੀ ਧਾਨੋ ਮਾਮਾ ਜਿਨ੍ਹਾਂ ਦੇ ਪੁੱਤ ਕਬੱਡੀ ਖੇਡਦੇ ਆ ਜਿੰਨੇ ਵੀ ਕਬੱਡੀ 365.com ਦੇ ਨਾਲ ਜੁੜੇ ਹੋਏ ਵੀਰ ਨੇ ਜਿਹਨੇ ਪ੍ਰੈਕ ਦੇ ਗੇੜੇ ਲਾਏ ਆ ਇਹ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਗੇੜਾ ਲਾਵੇਗਾ ਇਹਦਾ ਵੀ ਬਣਦਾ ਜਿਹੜਾ ਮਾਣ ਸਨਮਾਨ ਕਰਨਾ ਦਰਸ਼ਕ ਵੀਰਾਂ ਨੇ ਲਓ ਸਾਹਮਣੇ ਫਿਰ ਪਾਈ ਹੋਈ ਕਬੱਡੀ ਅਗਲਾ ਮੁਕਾਬਲਾ ਸਾਧਾ ਵਾਲੀ ਵਰਸ ਲੋਹਾਰਾ ਇਹ ਚੱਲਦੇ ਮੁਕਾਬਲੇ ਦੇ ਵਿੱਚ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ ਸਾਧਾ ਵਾਲੀ ਵਰਸ ਲੋਹਾਰਾ ਲਓ ਸੇਖੂਪੁਰੀਆ ਨਾਜੀਅਨ ਉਡਾਨ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਦਾ ਨਜ਼ਾਰਾ ਵੱਖਰਾ ਹੁਣ ਕਾਹਨ ਨਾਜੀਅਨ ਵੱਲ ਚੜ ਕੇ ਡੱਕਣ ਦੀ ਕੋਸ਼ਿਸ਼ ਕਰੇਗਾ ਖੇਡ ਮੈਦਾਨ ਦੇ ਵਿੱਚ ਕਿ ਆਰੀ 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 ਉਹ ਕਿਹੜੀ ਖੇਡ ਮਿੱਤਰੋ ਜਿਹੜੀ ਖੇਡਾਂ ਚ ਖੇਡ ਨਿਆਰੀ ਉਸਨੂੰ ਕਬੱਡੀ ਆਖਦੇ ਜੋ ਲੱਗੇ ਜਾਣ ਤੋਂ ਪਿਆਰੀ ਖੇਡਾਂ ਭਾਵੇਂ ਹੋਰ ਬੜੀਆਂ ਸਾਡੀ ਕਬੱਡੀ ਦੀ ਹੈ ਸਰਦਾਰੀ ਖੇਡਾਂ ਭਾਵੇਂ ਹੋਰ ਬੜੀਆਂ ਸਾਡੀ ਕਬੱਡੀ ਦੀ ਹੈ ਸਰਦਾਰੀ ਪਰ ਮੇਰੇ ਵੀਰੋ ਹੁਣ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਗਦਾ ਪੰਜਾਬ ਦੇ ਵਿੱਚ ਨਸ਼ਿਆਂ ਤੋਂ ਰਹਿਤ ਜਵਾਨੀ ਕਰਦੀ ਮਾਰੋ ਮਾਰ ਜਵਾਨੀ ਮਿਲ ਜਾਏ ਕਿਤੇ ਦਿਲ ਦਾ ਜਾਨੀ ਐਵੇਂ ਕੋਈ ਨਿਆਉਂਦਾ ਨੀ ਇੱਕ ਵਾਰੀ ਨੰਗਿਆ ਵੇੜਾ ਤੇ ਮੁੜ ਕੇ ਹੱਥ ਆਉਂਦਾ ਨੀ ਮੁਕਾਬਲਾ ਸਖਤ ਹੈ ਵਾਹ ਕਬੱਡੀ 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 ਹੋ ਗਈ ਮਿੱਤਰ ਤੇ ਪੁਆਇੰਟ ਜਿਹੜਾ ਜੀਤਾ ਖੋਸੇ ਪੰਡ ਦਾ ਫੈਸਲਾ ਕਰਦਾ ਕਿ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜੁੜਦਾ ਕਾਫੀ ਸੰਘਰਸ਼ ਤੋਂ ਬਾਅਦ ਪੁਆਇੰਟ ਜਿਹੜਾ ਆਪਣੀ ਟੀਮ ਲਈ ਜੋੜਿਆ ਜਿੰਨੀਆਂ ਵੀ ਰੱਬ ਵਰਗੀਆਂ ਰੂਹਾਂ ਅੱਜ ਲੰਡੇ ਕੇ ਦੇ ਕਬੱਡੀ ਕੱਪ ਤੇ ਇਕੱਤਰ ਹੋਈਆਂ ਨੇ ਆਪਾਂ ਸਾਰੇ ਹੀ ਵੀਰਾਂ ਦਾ ਇੱਥੇ ਪਹੁੰਚਣ ਤੇ ਮੇਰੇ ਵੀਰੋ ਵੈਲਕਮ ਕਰਦੇ ਹਾਂ ਕਰਮਪਾਲ ਸਿੱਧੂ ਹੋਰਾਂ ਵੱਲੋਂ ਪੂਰੀ ਆਰਗੇਨਾਈਜ਼ ਕਮੇਟੀ ਵੱਲੋਂ ਮੇਜਰ ਬਰਾੜ ਹੋਰਾਂ ਵੱਲੋਂ ਨਾਲ ਸਾਡੇ ਵੀਰ ਜਲੰਧਰ ਸਿੱਧੂ ਹੋਰਾਂ ਵੱਲੋਂ
और साडा वीर टेंट वाला घन सुंबा लैके खेड मैदान दे विच आ जावे। टेंट वाला वीर लो सामने फिर नाजुआन ने तगड़ा जफा मार दिता खेड मैदान दे विच कि आउंदा है स्वाद पंजाबियों नूं कबड्डी दे के जदों पाउंदा है धावी कोई रेड मत्था टेक के लग जांदा वधिया जफा ते दुनिया पैंदी नच मित्रो कबड्डी खेड है पंजाबियों दी मां ये गल सोलह ने सच मित्रो। साधा बाली ते लोहारा और नाल ही जिन्ने भी साडे कमेंटेटर वीर पहुंचे हुए ने सारे वीरां दा आपां तहे दिल तो धन्नवाद करदे आ। अगले मैचां दे लई साडा वीर जसविंदर आसा वोटर जी वह भी बिल्कुल तैयार रहन अगले मैचों की गल करनगे। साधा बाली ते लोहारे दीआं टीमां जल्दी ना खेड मैदान दे विच आ जाणे। लो सामने फिर पाई हुई कबड्डी ते तिन्ना जाफियां दी लगी हुई चैन खेड मैदान दे विच। वाह लंबे समय तो आ नवयुवन टॉप का खेडदा आ रहा है वेट की कबड्डी मेरे वीरू कबड्डी जिहड़ी मेरे वीरू संघर्ष करना पैंदा खुराक खानी पैंदी घर खाने पैंदे आ कि पैंडे बड़े औखे नाले बाटा ने लवेरियां झलनिया पैंदियां तकलीफां भी बथेरियां पैंदा है दिखाउणा कुछ दुनिया नूं करके शिखरां नूं जाणा पौड़ी एक एक चढ़ के हौली हौली फिर इन्हां मंजिलां नूं पाया जांदा। सुख मित्रों कबड्डी का स्टार नहीं कहाया जांदा सुख मित्रों कबड्डी का स्टार नहीं कहाया जांदा। कई मेरे वीरों रातों रात स्टार बनन नूं फिरदे आ कि माड़ा खेड के खिडारी हुंदा तकड़ा कोई सीधा नहीं तकड़ा जमदा जिहड़ा रातों रात बनन नूं फिरे स्टार वो बंदा रहिंदा नहीं किसे कम दा ते लीला वाला मोहना गल्लां सच लिखदा है हौली हौली बंदा पौड़ी चढ़नी सीखदा हौली हौली बंदा पौड़ी चढ़नी सीखदा। उन्हां वीरां दा भी आपां धन्नवाद करदे आजाद कबड्डी क्लब एडमिंटन वालियां दा सुखा तख्तूपुर दा लीला दा मोहना कि सुखा तख्तूपुर दा लीला दा मोहना नहीं इन्हां जिहा प्रमोटर कोई होर ना होना नहीं सुखा तख्तूपुर दा लीला दा मोहना नहीं। लो सामने फिर पाउंदा होया कबड्डी खेड मैदान दे विच लो सामने पाई हुई कबड्डी नाल ही कबड्डी 365.com वालियां दा धन्नवाद करदे आ कि जिउंदे रहन शेरवरा दे यार कबड्डी पंचायती विच संसार काम करके दुनिया ते घेंट बनाती वैबसाइट 365 बनाती वैबसाइट 365। और मेरे वीरों आपां धन्नवाद करदे प्रदीप ते हैप्पी होरां दा जिन्हां दा वड्डा उद्दमामा खेड कबड्डी दे लई। लो अगले मुकाबले लई साधा वाली ते लोहारे दीआं टीमां खेड मैदान दे विच आउण नाल ही साडा वीर जसविंदर आसा पुत्र वह भी रनिंग कमेंट्री के लिए अपनी तैयारी कर लैन। लो सामने फिर पाई हुई कबड्डी के नाल जुड़ते हैं। वाह वाह तेरे गभरू है कि जिवें सिपी दे विचों पैदा होण मोती उवें तुरन गल्लां जिते रणदियां ने जदों जावर कोई जनता ते जुल्म करदा उदों वीरां दीआं तेगां तणदियां ने एक एक लाल तो लखां दा हार बणदा ते कौमां नाल कुरबानी दे बणदियां ने। बच्चे शेरनी दे दोस्तों कई होंगे पर बबर शेरपुत एक ही छीणियां जनदियां ने बबर शेरपुत एक ही छीणियां जनदियां ने। हैप्पी आस्ट्रेलिया बीरी बंब नूं ते नाल कहंदे भी गीते कोट करोड़ वाले नूं 100 रुपए दे वड्डे मान सन्मान रौंते दी टीम जेतू है। आओ जी आसा पुत्र जी जसविंदर आसा पुत्र जी रनिंग कमेंट्री दे लई साधा बाली ते लोहारा ये टीमां दे विचकार मुकाबला जिहड़ा शुरू होने जा रहा है। सब तो वधिया इंसान ने करमपाल सिद्धू जी बहुत ही प्यारा नेचर है उन्हां दा जिन्ना कबड्डी नूं प्यार करदे है उन्ना ही हर एक दर्शक नूं हर एक कमेंटेटर नूं हर एक रैफरी नूं जिहड़े पाणी दी सेवा करदे ने भाई कन्हैया जी की सेवा करते ने अज सब तो वड्डा पुन्न जिहड़ा आपां आखीए भी करमपाल सिद्धू ने करना है जिहड़ा मोटरसाइकिल दे के मेरे वीरों हरदासे वाले साडे वीर दा भाई कन्हैया जी की सेवा करता जिहड़ा उहनूं मोटरसाइकिल दे नाल विशेष सन्मान करना है। आपां धन्नवाद करते हैं करमपाल सिद्धू जी का मेजर बराड़ उहनां दा जिन्हां ने मेरे वीरों वड्डी कबड्डी दे विच पिरत पाई है। सब तो पहला कबड्डी कापा जिथे लंडे के गड्डिया दे नाल मान सन्मान किए गए ने। दादा
मोटरेज मोगा जिन्हों तो मेरे वीरियो ये गड्डिया लिया गई उन्होंने भी बड़े योगदान पाए ने उस वीर का भी आप धन्यवाद कर दे जांसी वालों का दादा मोटर मोगा उन्होंने भी धन्यवाद कर दे लो सामने फिर सामने जे रंग पाई हुई कबड्डी है खेड मैदान वाह तेरे गभरुआ ला के मारिया नौजवान ने जिवें भगते वाले दियां लिखिया हुई गल्लां अज पूरिया पूरिया टुकदियां कि इत्थे गल नहीं लागू हुंदी गोरे काले ते पुट बगाना लै जांदा ई खिच के पाले ते पुट बगाना लै जांदा ई खिच के पाले ते और जिथे जसविंदर आसा बुट्टर जी उत्थे रुपिंदर जलाल जी अमन लोपो जी साडी जिंदगी दे बहुत ही अजीज है कि कनेडा दे मैदानां विच ना रुपिंदर जलाल दा चले पंजाब दे विच अमन लोपो दी पूरी है बल्ले बल्ले अमन लोपो की पूरी है बल्ले बल्ले और साधा बाली ते लोहारे का मुकाबला चल रहा है नाल ही रनिंग कमेंटरी दे लई जसविंदर आसा बुट्टर जी बहुत प्यारी साध संगत इस खेड मैदान दे नाल जिस तरह भी जुड़ी है भावे के खेड कबड्डी नू लाइव तकन दे लई इस टूरनामेंट दे नाल जुड़े हो या कबड्डी 365.com दे नाल जुड़ के इस कबड्डी दे कप नू निहार रहे सारे दर्शकों का मेरे वालों जसविंदर आसा बुट्टर दे वालों हार्दिक धन्यवाद है। वाहिगुरु जी का खालसा वाहिगुरु जी की फतेह। कलंगिया वालिया लिखा की सिफत तेरी कागज कलम तो तेरा आकार वड्डा तेरे गुण ते तेरी वड़ियाई वड्डी ते गुणां दा चोजी भंडार वड्डा तेरी तन कुरबानी मेरे शहनशाह जी कीता सिख कौम ते तुसी उदार वड्डा किसे दियां बहारां नूं नहीं खोसन दिता ते भावे अपने बाग बैरान हो गए हत्थी शामां कीतियां लखां पुत्रां नूं अपने चारे सी चारे कुरबान हो गए उस गुरु ने अपन नूं फतेह बख्शिश की एक बार फिर गज के आखो वाहिगुरु जी का खालसा श्री वाहिगुरु जी की फतेह। पंजाबी मां खेड कबड्डी का अज वगदा होया दरिया मैं देख रहा मैनू बोलन का मौका दिता गया लंडे कहते कबड्डी कप के उत्ते सो असी समुचे ओरिजिनल वीरां दा धन्नवाद करांगे क्योंकि अज तो 7 के 8 साल पहला जदों वर्ल्ड कबड्डी कप तो पहला दीआं गल्लां सन इस खेड मेले का जिहड़ा बजट है पंजाब का सब तो उच्च कोटि का ते एक नंबर का बजट उस तो बाद जिहड़े कबड्डी की कहिंदे ने भी चर्चा होगी अज उस लंडे कहिंदे कबड्डी कप के उत्ते तुहाडे अपने छोटे वीर नूं जसविंदर आसा बुट्टर नूं वड्डे वीर आ जिंदगी दे परम प्यारे मित्र सो कहना बनदा है। अजकल जे गल करिए कहिंदे ने भी आम आके नाम बुलवाउण दी गल हुंदी है पर करम पल जदों भी सानूं मिलदा है इही कहिंदा भी जसविंदर सिंह एक बार ना ना बोली वादू जे ना बोलेगा कि दर्शकों के जिहड़े कन्न पक जाणगे वड्डे वीर दा धन्नवाद है क्योंकि इहनां दा वड्डापन हुंदा है पर उधरले पासे कौडी दी गल आओ मेरे वीरो मैदान दे विच जोड़िए ये लोहारे का मुकाबला साधा वाले नगर दे नाल जिहड़ा चल रहा है एक पासे लोहारे दी टीम जिहड़ी सूए वाले पासे कह लिए और पिंड वाले पासे जिहड़ी टीम है साधा वाले दी है और कौडी पाउण दे लई लोहारे दी धरती दा नौजवान साधा वाला कहिंदे ने फरीदकोट जिले दा नगर मानमत्ता जिस पिंड दा शिंदू तूतां दे लई खेडदा है जिस पिंड दा लखी उस पिंड दा जाफी मेरे वीरो एक पासे लोहारे दी धरती बाबे दामू शाह फकर दी धरती है पूजने बाबा दामू शाह फकर है लोहारे वाला जिवें कहिंदे ने भी मेरियां आसां उम्मीदां पूरियां करदा है और आ अंक जिहड़ा लोहारे दी टीम दे खातरे विच जुड़दा होया उच्च कोटी दे धावी उच्च कोटी दे जाफी खेड कबड्डी नूं खेडण दे लई नहीं अज सजदा करन दे लई पुज्जे ने वड्डे वीर राजपाल होरां नूं भाई सत्ती होरां नूं नाल वीर करमपाल होरां नूं प्यार निभाउंदे ने वड्डे वीरो मुकाबला जिहड़ा समाप्त हो चुक्या है मेरा ख्याल है भी वीर जी लोहारे दी टीम इहदे विचों जेतू होवेगी और अंक भी दस जाके भी किहड़ी टीम दे किन्ने अंक सन और वड्डे वीर मानयोग प्रीतम सिंह कहिंदा भी 10.5 पॉइंट जेडे लोहारे दे ने ते साधा वाले दी सिंगल गुरु महाराज का लंगर जेड़ा अटुट वरत रहा है
गुरुद्वारा साहिब दे विच गुरु महाराज का लंगर जिहड़ा अटुट वरत रहा है। सारे जिन्हें भी दर्शक वीर बड़ा आनंद लेंदे ने, कबड्डी का दर्शक दूरों दूरों आए बड़े भुखे ते तिहाए देख के कबड्डी नूं ना, इन्हां नूं अज किसे गल की घाट रड़के यारो बोलदा कबड्डी का जनून पंजाबियों के सिर चढ़ के, यारो बोलदा कबड्डी का जनून पंजाबियों के सिर चढ़ के। अज तलवंडी भगेरियां ते फरोजशाह का मुकाबला है, सैमीफाइनल का पहला मैच कबड्डी 60 किलो वर्ग का, यह टीम जिहड़ियां जल्दी दे नाल खेड मैदान दे विच पुज्जण। उस तो बाद रौंता ते लोहारा, तलवंडी भगेरियां ते फरोजशाह नूं सिर्फ 2 मिनट है, यह टीम जिहड़ियां ग्राउंड दे विच पुज्जण। और उधर मंदिर भोडीपुरे की धरती एक हैंडीकैप्ट है, खेड कबड्डी के मैदान के खेडां के जरिए अपने कहिंदे ने रोजी रोटी का जुगाड़ करता है, मैदान के पुजे अपनी कला का जर दिखाने लिए ये भी ताड़ियां मार दो, क्योंकि दर्शकों हर एक ताड़ी ये हौसला अफजाई ये घ्यो दे जिवें कहिंदे ने भी कड़छी वर्गी होगी। उधरले पासे तलवंडी भगेरियां ते फरोजशाह यह बिना किसी देरी दे फौरी तौर पर मैदान के पुज जान टीम। अज दे धन धन बाबा सूरत सिंह जी अते संत बाबा राम सिंह जी की पवित्र याद नूं समर्पित लंडे कहिंदा कबड्डी कप मित्रो। सो जिथे दशमेश यूथ वेलफेयर एंड स्पोर्ट्स क्लब लंडे के नगर पंचायत के वलों जिथे मेन कबड्डी के मैदान के विच कहिंदे ने कनेडा के यूएसए के स्पोंसरां के वलों जिथे मान सम्मान इस टूरनामेंट नूं भेजे गए उन्हां दा सारिआं दा धन्नवाद है। तलवंडी भगेरियां ते फरोजशाह ग्राउंड खाली, अनाउंसमेंट तुहाडे लई वड्डी कीती, तुसीं ग्राउंड च नहीं पुजे। उस तो पहला दस दिए भी बाबा शाह शकूर पढ़ाई साहब जिवें कहिंदे ने स्पोर्ट्स क्लब शकूर दे वल्लों लखवीर सिंह जी पुजे होए ने, कहिंदे ने भी करमपाल सिद्धू लंडेकियां वाले दा ते नाल मेरे वीरो खेड कबड्डी दे वधिया लेखक जसवंत सिंह जी खड़ंग दा विशेष तौर ते सन्मान किया जाएगा। अज इस मैदान दे विच भगेरियां तलवंडी भगेरियां ते फरोजशाह, उस तो बाद रौंदा ते लोहारा, यह टीमों के मुकाबले ने। अज दे इस कबड्डी दे महाकुंभ दा जिते पहला प्राइज 1,25,000 रुपया दिता जाएगा, उते 1,00,000 रुपया दूसरा जिहड़ा नकद प्राइज दिते जाणगे, 2 नैनो गड्डियां दित्तियां जाणगियां। और नाल मेरे वीरो बाबे हरदासे वाले भी एक मोटरसाइकिल दे नाल मान सम्मान आ जिहड़ा दिता जाएगा। उधरले पासे होर जिहड़े वाजिब इनाम कूलर हो गए, साइकिल हो गए, और ये मेरे वीरो विशेष तौर पर दिते जा रहे ने। सो नाल दी नाल मैं धन्नवाद करांगा गबर साउंड सर्विस उमरियाणे दा, मेरी आवाज नूं जिहड़ा हर एक दर्शक के कानां दे तक रस घोलण वाली गल पहुंचा रहा है। सो वड्डे वीर दा धन्नवाद है। दर्शकां दीआं जिवें कहिंदे ने आसां ते उम्मीदां, दर्शकां दीआं सदरां नूं मूर लाउणा इह खिडारियां दे वस हुंदा है। और जदों कहिंदे ने वी किसे दरख्त नूं फल लगदा होवे उहदा बूर पैंदा होवे उह बूर नूं झाड़ दईए तां फल जिहड़ा पकदा नहीं। इस करके मैं बेनती करांगा के दर्शकों के बूर नूं पक्का करो, खिडारियों मैदान दे विच पुजो। तलवंडी भगेरियां ते फरोजशाह दीआं हाले तक 60 किलो वर्ग दीआं टीमां नहीं पुजियां, 1 मिनट इन्हां टीमां नूं। सो भोडीपुरे की धरती का नायोजन जिहड़ा करतब करके इन्हां मैदानां दे विच गया उन्हां दा धन्नवाद है। और उधर कबड्डी 365.com का कैमरा करमपाल सिद्धू दे उत्ते है जिहड़ा फोकस, और जिवें कहिंदे ने खेड मैदान दे विच बल्ले बल्ले। सो दर्शको एक बार जोरदार कौडी दे नाम दी ताड़ी मार दिओ जे कौडी नूं प्यार करदे हो। और नाल दी नाल फरोजशाह जे दोवें टीमां स्क्रैच ने फर्स्ट सेमी फाइनल दीआं, जे 1 मिनट तों बाद दसां लैणगीआं तां फरोजशाह आ गई जी। तलवंडी भगेरियां, तलवंडी भगेरियां दी टीम दा एक प्लेयर हाले तक ग्राउंड च पुज्जिआ है, पूरी टीम वह भी नहीं पहुंची। तलवंडी भगेरियां ते फरोजशाह ये टीमां दे जिहड़े महा मुकाबले ने, टीमां जल्दी दे नाल खेड मैदान दे विच पुज्जन।
ਪੰਜਾਬੀ ਮੈਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਜਿੱਥੇ ਅੱਜ ਵੱਡੀਆਂ ਗੱਲਾਂ ਕੌਡੀ ਦੇ ਇਸ ਮਹਾਕੁੰਭ ਦੀਆਂ ਪੰਜਾਬ ਦੇ ਕਿਸੇ ਵੀ ਕਬੱਡੀ ਕੱਪ ਦੇ ਉੱਤੇ ਜਾਈਏ ਹਰਮਿੰਦਰ ਸਿੰਘ ਢਿੱਲੋ ਮਾਨ ਸਾਹਿਬ ਦੀ ਧਰਤੀ ਦਾ ਕਹਿੰਦੇ ਨੇ ਲੇਖਕ ਬੈਠਾ ਹੈ ਉੱਚ ਕੋਟੀ ਦੇ ਖਿਡਾਰੀਆਂ ਬਾਰੇ ਵਧੀਆ ਖੇਡ ਮੇਲਿਆਂ ਬਾਰੇ ਜਦੋਂ ਵੀ ਆਪਣੀ ਕਲਮ ਦੇ ਵਿੱਚ ਕੁਝ ਸ਼ਬਦ ਲਿਖ ਦਿੰਦਾ ਹੈ ਉਹ ਇਤਿਹਾਸ ਬਣ ਜਾਂਦੇ ਨੇ ਸੋ ਇਹ ਵੀ ਪੁੱਜਿਆ ਵੀਰ ਦਾ ਧੰਨਵਾਦ ਹੈ ਔਰ ਕਬੱਡੀ ਕੱਪ ਜੇ ਕਹਿ ਲਈਏ ਲੰਡੇਕਿਆਂ ਦੀ ਧਰਤੀ ਦੇ ਵਿੱਚ ਵੱਡੀਆਂ ਰੌਣਕਾਂ ਹੁੰਦੀਆਂ ਨੇ ਮੇਰੇ ਵੀਰੋ ਔਰ ਇਹ ਪੰਜਾਬ ਦਾ ਪਹਿਲਾ ਕਦੇ ਅੱਜ ਤੋਂ 7 ਕੁ ਸਾਲ ਪਹਿਲਾਂ ਜਿਵੇਂ ਕਹਿੰਦੇ ਨੇ ਵੱਡਾ ਕੱਪ ਹੁੰਦਾ ਸੀ ਜਿਹਦੇ ਇਨਾਮੀ ਰਾਸ਼ੀ ਕਹਿੰਦੇ ਨੇ ਸਭ ਤੋਂ ਤਕੜੀ ਸੀ ਲੰਡੇਕਿਆਂ ਦੀ ਧਰਤੀ ਦਾ ਕਾਲਾ ਮੇਰੇ ਵੀਰੋ ਜਿੱਥੇ ਕਹਿੰਦੇ ਨੇ ਕੈਨੇਡਾ ਦੀ ਧਰਤੀ ਤੇ ਰਹਿਣ ਬਸੇਰੇ ਕਰੀ ਬੈਠੇ ਉਹਦੇ ਪਾਪਾ ਜੀ ਛੋਟਾ ਸਿੰਘ ਜੀ ਵਿਸ਼ੇਸ਼ ਤੌਰ ਤੇ ਮੈਦਾਨ ਦੇ ਵਿੱਚ ਨਹੀਂ ਸਟੇਜ ਦੇ ਉੱਤੇ ਪੁੱਜੇ ਨੇ ਸੋ ਉਹਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਾਂ ਉਧਰਲੇ ਪਾਸੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਮਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਗੱਲਾਂ ਕਰਨ ਦੇ ਲਈ ਪੁੱਜ ਰਹੇ ਖਿਡਾਰੀਆਂ ਦਾ ਸਭ ਤੋਂ ਵੱਡਾ ਧੰਨਵਾਦ ਹੈ ਸੋ ਜੱਗਾ ਜੀ ਮੈਦਾਨ ਦੇ ਵਿੱਚ ਪੁੱਜੇ ਨੇ ਉਹਨਾਂ ਦਾ ਧੰਨਵਾਦ ਤਲਵੰਡੀ ਪਗੇਰੀਆਂ ਤੇ ਫਰੋਸ਼ਾ ਕੀ ਬਾਤਾਂ ਨੇ ਸਪਰੇ ਮੰਗਾਵਾਂ ਕੇ ਪੇਨ ਸਪਰੇ ਜਿਹੜੀ ਗਰਾਊਂਡ ਦੇ ਵਿੱਚ ਪਹੁੰਚਦੀ ਕਰੋ ਜੀ ਪੇਨ ਸਪਰੇ ਕੋਈ ਗਰਾਊਂਡ ਦੇ ਵਿੱਚ ਜੇ ਪੁੱਜਦੀ ਕਰਦੇ ਨੇ ਵੱਡਾ ਧੰਨਵਾਦ ਹੋਏਗਾ ਸੋ ਸਾਰੇ ਅਰਜ਼ੀ ਨਜ਼ਰ ਵੀਰਾਂ ਦਾ ਅਸੀਂ ਧੰਨਵਾਦ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਮੇਜਰ ਸਿੰਘ ਜੀ ਬਰਾੜ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਮਾਲਵੇ ਦੇ ਵੱਡੇ ਪ੍ਰਮੋਟਰ ਨੇ ਕਰਮਪਾਲ ਸਿੱਧੂ ਲੰਡੇਕਿਆਂ ਵਾਲੇ ਹਰਵਿੰਦਰ ਸਿੰਘ ਫਤਿਹਗੜ੍ਹ ਪੱਪਾ ਗਿੱਲ ਜੀ ਰਾਮਾ ਗਿੱਲ ਲਾਲੀ ਲੰਡੇਕੇ ਪਿੰਦੀ ਨੰਬਰਦਾਰ ਕਾਲਾ ਲੰਡੇਕੇ ਦੀਪਾ ਗਿੱਲ ਜਲੰਧਰ ਸਿੰਘ ਜੀ ਸਿੱਧੂ ਪਾਂਜਗਰਾਈ ਵਾਲੇ ਗੁਰਲਾਲ ਸਿੰਘ ਜੀ ਮਾਣੂਕਿਆਂ ਵਾਲੇ ਗੁਰਚਰਨ ਸਿੰਘ ਜੀ ਸਰਦਾਰ ਸੁਖਮੰਦਰ ਸਿੰਘ ਜੀ ਅਮਰਜੀਤ ਸਿੰਘ ਸਿੱਧੂ ਦਲਜੀਤ ਬੀਲਾ ਜੀ ਕਾਕਾ ਜੀ ਦੇ ਨਾਂ ਨਾਲ ਜਾਣੇ ਜਾਂਦੇ ਨੇ ਉਹ ਤੇ USA ਦੇ ਵਿੱਚੋਂ ਰਾਜਵੀਰ ਸਿੰਘ ਸੰਧੂ ਮਾਸਟਰ ਪ੍ਰੀਤਮ ਸਿੰਘ ਗਿੱਲ ਅੰਗਰੇਜ਼ ਸਿੰਘ ਜੀ ਗਿੱਲ ਕੁਲਦੀਪ ਸਿੰਘ ਜੀ ਗਿੱਲ ਪਿੰਦਾ ਗਿੱਲ ਜੀ ਗਿੱਲ ਪਰਿਵਾਰ ਵਰੇ ਪਿੰਦਰ ਸਿੱਧੂ ਗੁਰਬਖਸ਼ ਸਿੰਘ ਮੇਜਰ ਸਿੰਘ ਸਿੱਧੂ UK ਗੁਰਪ੍ਰੀਤ ਗਿੱਲ UK ਤੇ ਜਗ੍ਹਾ ਆਸਟ੍ਰੇਲੀਆ ਔਰ ਨਾਲ ਦੀ ਨਾਲ ਸਭ ਤੋਂ ਪਹਿਲਾਂ ਜਦੋਂ ਮਾਇਕ ਗਰਾਊਂਡ ਦੇ ਵਿੱਚ ਐਂਟਰੀ ਹੋਈ ਤਾਂ ਮਾਇਕ ਦੇ ਉੱਤੇ ਬੋਲ ਰਿਹਾ ਸੀ ਬਹੁਤ ਹੀ ਸਤਿਕਾਰ ਦੇ ਯੋਗ ਅਮਰੀਕ ਖੋਸਾ ਕੋਟਲਾ ਉਸ ਤੋਂ ਬਾਅਦ ਜਿਵੇਂ ਕਹਿੰਦੇ ਨੇ ਵੀ ਕਾਲੀਏ ਵਾਲਾ ਹੈਪੀ ਮਦੋਕੇ ਨਾਲ ਤਾਰਾ ਕ੍ਰਿਸ਼ਨਪੁਰੇ ਦੀ ਧਰਤੀ ਦਾ ਰੁਪਿੰਦਰ ਜਲਾਲ ਅਮਨ ਲੋਪੋ ਇਹ ਸਾਰੇ ਅਨਾਊਂਸਰ ਪੁੱਜੇ ਨੇ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਾਂਗਾ ਅਮਰੀਕ ਕੁਸਲੇ ਵਾਲਾ ਸੋਰੀ ਅਮਰੀਕ ਖੋਸਾ ਕੋਟਲਾ ਬਹੁਤ ਵਧੀਆ ਬੋਲ ਉਸ ਨੌਜਵਾਨ ਨੇ ਸ਼ੁਰੂਆਤ ਇਹਨਾਂ ਮੈਦਾਨਾਂ ਦੇ ਵਿੱਚ ਕੀਤੇ ਇਹਨਾਂ ਦਾ ਧੰਨਵਾਦ ਉਸ ਨੌਜਵਾਨ ਦਾ ਵੀ ਪਰਮਜੀਤ
तलवंडी की धरती का आयोजन फंगर कौडी पाउन दे लई जो मैदान दे विच वाधा होया और सामने मैं देखांगा जट जफा ला के अंक अपनी टीम की कोशिश जिवें कहंदे ने कामयाबी दे वल करदा होया। कबड्डी कबड्डी ओपन का पहला मैच जीरा वर्से परमजीतपुरा, दूजा मैच मैणा ए ते तलवंडी चौधरियां, तीजा मैच तलवंडी मलियां ते चंदपुराणा, चौथा मैच श्री हर राय क्लब डगरू ते साफूवाला, पांचवा मैच फतेहगढ़ छन्ना ते फेरू राई, छेवा मैच बाबा रोडू क्लब कौके ते रज्जी वाला, सातवां मैच आयाद कबड्डी क्लब रोडे शिकार माशिया गुरदासपुर, आठवां मैच भागपुर गगड़ा ते किशनपुरा, नौवां मैच फतेहगढ़ कोरोटाणा ते रसूलपुर, दसवां मैच खोसा रणधीर ते हांगकांग क्लब पुराने वाला। ये टीमां दे जिहड़े मैच आ, बाकी जिहड़ियां टीमां नूं उह बाई मिली है, दड़बा सुहाणा भलूर ढलकरां इंदगढ़ माणूके गिल ते हठूर, ये टीमां नूं जिहड़ी बाई मिली है और भी टीमां दे जिहड़े मैच वो करवा दिते आ। पंज टीमां जिहड़ियां होर एंटर कीतियां जाणगियां, सिर्फ 32 टीमां इश्तिहार ते जो लिखा सी 32 टीमां एंटर होणगियां, पंज टीमां होर एंटर कीतियां जाणगियां। हाँ जी, एक नंबर 84 81 12 71 हाथी है ते 68 58 कार, ये रस्ते दे विच खड़ियां ने, गड्डियां साइड ते कर लिया जान, सो धन्यवाद। असी तलवंडी पगेरियां दी धरती दा, असी दो मैच तलवंडी पगेरियां दी धरती दा नौजवान कौडी पाउन दे लई मैदान दे विच वाधा होया। जसविंदर जी, दो मैच असी लेट कीते आ जी, और टीमां थोड़ियां लेट आ रही, हर रायपुर डगरू का साफू वाले का, फतेहगढ़ छन्ना का, फेरू राई का, बाकी जेडे सारे मैच है रेगूलर करवाए जाएंगे, जिदा मैच है उस तरह करवाए जाएंगे। दो बज चुके हैं, पहला क्या ढाई बज गए, असी आपके टाइम तो अद्धा घंटा लेट हाँ, कबड्डी के खिलाड़ी साडा सहयोग देन, असी किसी भी टीम का मैच जिहड़ा लेट नहीं कर सकते, साडी हथ बन के बेनती है कोई भी टीम जिहड़ा साडे कोले अपना मैच लेट करवाउण दे लई ना आवे। कबड्डी ओपन का पहला मैच जीरा वर्सज परमजीतपुरा जलंधर, ये टीम जिहड़ियां ग्राउंड दे विच आउणगियां, दूजा मैच मैणा वर्स तलवंडी चौधरियां, मैणा ए ते तलवंडी चौधरियां, तीजा मैच तलवंडी मलियां ते चंदपुराणा, चौथा मैच बाबा रोडू क्लब कौके ते रज्जी वाला, पांचवा मैच आयाद क्लब रोडे ते शिकार माशियां, अठवां छेवां मैच भागपुर गगड़ा ते किशनपुरा, सातवां मैच फतेहगढ़ कोरोटाणा ते रसूलपुर, अठवां मैच हांगकांग क्लब पुराने वाला ते खोसा रणधीर, नौवां मैच साफू वाला ते डगरू बाबा श्री हर राय क्लब, ते दसवां मैच फतेहगढ़ छन्ना ते फेरू राई। ये टीमां दे जिहड़े मैच होणगे, कोई भी टीम का खिडारी जिहड़ा साडे कोले मैच लेट करवाउण दे लई ना आवे। पंज टीमां जिहड़ियां कबड्डी ओपन दीआं होर एंटर कीतियां जाणगियां, उस तो बाद कोई भी टीम जी एंटर नहीं की जानी। माइक ओवर टू जसविंदर आसा बुटर। दो जड़िया अनाउंसमेंट, एक तो बाबा गोरा पढ़ाना अपने साथी नू मिले दुल्ले नू, और उस तो बाद जी खेड मैदान के दायरे के उत्ते एक नौजवान चक्कर ला रहा, 50 चक्कर लावेगा लोहारे की धरती का, नाव की ताड़ी जरूर दर्शको। और इधरले पासे नौजवान का नाव गगन, तलवंडी पगेरियां पिंड है इस खिडारी का, राजा साडा बहुत ही सत्कार दे योग वीर रामू वाले तो, और कबड्डी कोच तेजी रामू वाला विशेष तौर पर पुजे ने, बड़ा धन्यवाद करते हैं। और इधर वैली साधु वाली जिंदगी का परम प्यारा मित्र, उसका धन्यवाद। लंडे कहंदी कौडी जिते कहंदे ने मशहूर है पंजाब दे विच, और लंडे कहंदी कौडी दे उत्ते मोगे जिले के पिंडर पिंड का संदीप 60 किलो वर्ग के इस सैमीफाइनल की कौडी पाउण दे लई जूझदा होया। उधरले पासे नायुन ने कहंदे ने कमाल कर दिती, एक पासे पिंडर पिंड है शीरे दा पिंडर, जगे जोड़े गोगे वर्गियां दा चरने होरां दा पिंड है, लखवीर सिंह हीरा खेड प्रमोटर होरां दा पिंड है, आ उसे पिंड दा नायुन जिवें कहंदे ने धावी कौडी पाउण दे लई मैदान दे विच
पर फरीदकोट जिले के लंब वाली पिंड के फौजी ने जफा ला दिता मैदान के अंक जिहड़ा फौजी लंब वाली दी टीम दे जिवें कहिंदे ने तलवंडी भंगेरियां दे खातर विच जोड़दा होया फंगर अगली कौडी पाउण दे लई मैदान दे विच खट्टे रंग की पट्टी पा के कुद्या विच मैदान दे खेड कबड्डी दे विच अज मैं देखांगा एक पासे जीते वर्गी इहदी अज जिवें कहिंदे ने पट्टी का रंग है कि रुकियो राहिया जाण वालिया की है तेरा नां ते किहड़ा है ग्रां पहली तकनी च मन मोह के लै गए हैं तेरी मेहंदी रंगी निकलदे आ पट्टा उत्ते मर गईआं पट होणे आ कौडी दे मैदान दे विच आ जफा बराबर दीआं भाजीआं वाला मोड़ दित्ता उधरले पासे भलूर वाला फौजी मोटरसाइकिल लैके पुज गया है जिहड़ा बाबे कहिंदे ने भी हरदासे वाले नूं दित्ता जाएगा करमपल सिद्धू दे वल्लों मेजर भलूर दे वल्लों मेरे लो पाली मेजर बराड़ जी दे परिवार दे विच उहने सेमा जी सो साढ़े विशेष तौर पर पुजे ने धन्यवाद है उधरले पासे गुरमीत सिंह सिद्धू यूनाइटेड स्टेट ऑफ अमेरिका वाले नछत्र सिंह सती यूनाइटेड स्टेट ऑफ अमेरिका वाले ते राजपाल सिद्धू कनेडा वाले कबड्डी ओपन का पहला जिहड़ा 1.25 लाख रुपये का पहला प्राइज इन्हां दे वल्लों दिता जाणा है और कबड्डी ओपन का दूसरा 1 लाख रुपये का नाम गुरसेवक सिंह डाला बब्बी लंडेके मोठा लंडेके इन्हां दे वल्लों साडी जिंदगी दे प्यारे वीर वल्लों दिता जाएगा परमजीतपुरा ते जीरे दीआं टीमां नूं मेरी बेनती वी उह जल्दी दे नाल ग्राउंड दे विच आ जाण परमजीतपुरा ते जीरा पहला मैच कबड्डी ओपन का दूजा मैच मैणा है ते तलवंडी चौधरीआं और वड्डे वीर जिहड़े माया दे गप्पे सीधे खिडारियों नूं पहुंचदे करदे सो धन्नवाद है उधरले पासे हाँ कोले रख लिओ खिडारियों नूं सीधे पहुंचदे पिंदर साढ़े गुरमीत सिंह जी सिद्धू यूएसए वाले उन्हां दे बेटे ने उन्हां दे वल्लों संदीप भिंडरांवाले दे लई 100 रुपये दे मान सम्मान आए ने और मान सम्मान मेरे वीर कोल फड़ लो वीर मान ते सत्कार दे योग सरदार नतड़क सिंह जी बराड़ जिहड़े सीनियर अकाली आगू ने विशेष तौर ते पुज्जे ने धन्नवाद है तलवंडी भगेरियां दे 4 पॉइंट ने फरोज शाह दे 10.5 पॉइंट ने फाइनल दे विच पुज गई है फरोज शाह दी टीम और दूसरा जिहड़ा सैमीफाइनल मैच लोहारा ते रौंता इह टीमां हाले तक ग्राउंड च नहीं पुज्जियां लोहारे ते रौंते दा दूजा सैमीफाइनल मैच है बार बार सदे पित्र दिते अनाउंसमेंटां कीतियां ग्राउंड दे विच टीमां नहीं पुज्जियां लोहारा ते रौंता दूसरे सैमीफाइनल दीआं टीमां जिहड़ियां इह जल्दी दे नाल पुज्जण असीं धन्नवाद करांगे ब्लैक कमांडो मैं ब्लैक कमांडो का नाम दिता पर वड्डे वीरां दा होर कोई नाम होवेगा सो बहुत ही वधिया जिहड़ी ग्राउंड दे विच सिक्योरिटी दे रहे ने नौजवान धुप दे विच खड़ के कोई किहड़ी जगह ते खड़ा कोई किस जगह ते खड़ा इस खेड मेले नूं जिवें कहिंदे ने नेपरे चाढ़ने लई उहनां दा वड्डा योगदान रहेगा सो ब्लैक कमांडो दा वड्डा धन्नवाद सो नाल लोहारा ते रौंता इह टीमां नूं 1 मिनट तों बाद कोई समां नहीं पहले सैमीफाइनल नूं फाइनल डिकलेयर करके असीं रिजल्ट अनाउंस कर देंगे जे 1 मिनट तों पहलां ना टीमां ग्राउंड पुज्जियां जीरा ते मैणा मानयोग सरदार नतड़क सिंह जी बराड़ मुख बुलारे ने जो श्रोमणी अकाली दल दे साढ़े दरम्यान अचेचे तौर पर आए हैं असी उन्हां नूं इत्थे पहुंचण ते जीआं नूं आखदे हां कबड्डी ओपन का पहला मैच परमजीतपुरा ते जीरे दीआं टीमां दे दरम्यान खेडा जाना है ये दोनों टीमों नूं मेरी 1 मिनट की कॉल आ भी वह जल्दी दे नाल ग्राउंड दे विच आ जाण उस तों पहला सैमीफाइनल मैच कबड्डी 60 किलो दे खेडे जाणगे फिरोज शाह ते तलवंडी भंगेरियां हो चुकिया रौंता ते लोहारा रौंता ते लोहारा ये टीमों नूं मेरी बेनती भी वह ग्राउंड दे विच आ जाण इधर मंदर सिंह भोडीपुरा दर्शकों की कचहरी दे विच गेड़ा ला रहा है इहदा भी आपां जरूर मान तान करना मेरी बेनती रौंता ते लोहारे दीआं टीमां बिना किसी देरी ते ग्राउंड दे विच आ जाण इहनां टीमों का जिहड़ा पहला दूजा सैमीफाइनल मैच खेडिया जाएगा रौंता ते लोहारा परमजीतपुरा ते जीरे दीआं टीमां कबड्डी ओपन परमजीतपुरा ते जीरा ये दोनों टीमों नूं मेरी बेनती भी बिना किसी देरी ते ग्राउंड दे विच आ जाण परमजीतपुरा ते जीरा तलवंडी चौधरीआं ते मैणा ए तलवंडी मल्लियां ते चंदपुराणा रज्जी वाला ते रोडू क्लब कौके आजाद क्लब रोडे ते शिकार माशियां किशनपुरा ते भागपुर गगड़ा फतेहगढ़ कोरोटाणा ते रसूलपुर हांगकांग क्लब पुराने वाला ते खोसरण धीर
ਸਾਫੂ ਵਾਲਾ ਤੇ ਸ਼੍ਰੀ ਹਰ ਰਾਏ ਕਲੱਬ ਡਗਰੂ, ਫਤਿਹਗੜ੍ਹ ਛੰਨਾ ਤੇ ਫੇਰੂ ਰਾਈ, ਇਹ ਸਾਰੀਆਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ ਬਿਨਾਂ ਕਿਸੇ ਦੇਰੀ ਤੇ। ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ। ਮੇਰੀ ਬੇਨਤੀ ਦੂਜੇ ਸੈਮੀਫਾਈਨਲ ਦੀਆਂ ਟੀਮਾਂ ਉਹ ਵੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਜਸਵਿੰਦਰ ਆਸਾ ਬੁੱਟਰ। ਸੋ ਧੰਨਵਾਦ ਰੁਪਿੰਦਰ ਜੀ। ਸੋ ਜੀਰਾ ਤੇ ਪਰਮਜੀਤਪੁਰਾ ਜਲੰਧਰ, ਇੱਕ ਪਾਸੇ ਫਿਰੋਜ਼ਪੁਰ ਔਰ ਦੂਸਰੇ ਪਾਸੇ ਪਰਮਜੀਤਪੁਰਾ ਜਲੰਧਰ, ਇਹਨਾਂ ਦੋਨਾਂ ਡਿਸਟ੍ਰਿਕਟਾਂ ਦੇ ਮੁਕਾਬਲੇ ਹੋਣਗੇ। ਜਥੇਦਾਰ ਹਾਕਮ ਸਿੰਘ ਜੀ ਟੋਨਾ ਮਾਰੇਵਾਲਾ, ਉਹਨਾਂ ਦੇ ਨਾਲ ਬਲਦੇਵ ਸਿੰਘ ਜੀ ਰੌਂਤਾ ਵਿਸ਼ੇਸ਼ ਤੌਰ ਤੇ ਪੁੱਜੇ ਨੇ। ਸੋ ਧੰਨਵਾਦ ਹੈ। ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਜਿੱਥੇ ਚੇਅਰਮੈਨ ਸਾਡੇ ਅਮਰਜੀਤ ਸਿੰਘ ਜੀ, ਸੋ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਵੱਡਾ ਪਿਆਰ ਦਿੱਤਾ ਪਹਿਲਾਂ ਵੀ ਤੇ ਹੁਣ ਵੀ। ਅਮਰਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ, ਜਸਵਿੰਦਰ ਧਾਲੀਵਾਲ ਜੀ, ਇਹਨਾਂ ਸਾਰੇ ਪ੍ਰਬੰਧਕਾਂ ਦਾ ਵੱਡਾ ਧੰਨਵਾਦ ਹੈ, ਔਰ ਪੂਰੇ ਨਗਰ ਦਾ, ਨਾਲ ਦਸ਼ਮੇਸ਼ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਲੰਡੇਕਿਆਂ ਦਾ ਵੱਡਾ ਧੰਨਵਾਦ, ਕਬੱਡੀ 365.com ਦੇ ਹਰ ਇੱਕ ਨੁਮਾਇੰਦੇ ਦਾ ਵੱਡਾ ਧੰਨਵਾਦ। ਕਿਉਂਕਿ ਦੇਸ਼ ਦੁਨੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਇੰਟਰਨੈਟ ਦੇ ਜ਼ਰੀਏ ਕਬੱਡੀ 365.com ਇੱਕ ਵੈਬਸਾਈਟ ਦੇ ਜ਼ਰੀਏ ਇਸ ਖੇਡ ਮੇਲੇ ਨੂੰ ਦੁਨੀਆ ਦੇ ਵਿੱਚ ਦਿਖਾਇਆ ਜਾ ਰਿਹਾ ਹੈ। ਸੋ ਇਹਨਾਂ ਵੀਰਾਂ ਦਾ ਕੈਮਰਾਮੈਨ ਤੋਂ ਲੈ ਕੇ ਸ਼ੂਟਰ ਤੱਕ ਜਿਵੇਂ ਕਹਿੰਦੇ ਨੇ ਵੀ, ਔਰ ਕੰਪਿਊਟਰ ਤੇ ਬੈਠੇ ਟੈਕਨੋਲੋਜੀ ਵਾਲੇ ਸਾਰਿਆਂ ਦਾ ਵੱਡਾ ਧੰਨਵਾਦ ਹੈ। ਕਿਉਂਕਿ ਹਰ ਇੱਕ ਬਹਿੰਦੇ ਦਾ ਵੱਡਾ ਯੋਗਦਾਨ ਹੁੰਦਾ ਹੈ। ਉੱਥੇ ਉਹਨਾਂ ਦੇ ਮੇਨ ਆਰਗੇਨਾਈਜ਼ਰ ਪ੍ਰਦੀਪ ਹੈਪੀ ਜੀ, ਇਹਨਾਂ ਦਾ ਵੀ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਜਿਹੜੀ ਲਿਵ ਲਾ ਦਿੱਤੀ। ਜੀਰਾ ਤੇ ਪਰਮਜੀਤਪੁਰਾ ਇਹ ਟੀਮਾਂ ਜਿਹੜੀਆਂ ਗਰਾਊਂਡ 'ਚ ਪੁੱਜਣ, ਪਿੱਥੋਂ ਦੀ ਪਿੱਥੋਂ ਪਿੰਡ ਦੀ ਧਰਤੀ ਦਾ ਖਰਾਜੀ ਸ਼ੀਰਾ ਘੋਨੀ ਰਾਣੀ ਵਾਲੇ ਦਾ, ਔਰ ਜਿਵੇਂ ਕਹਿੰਦੇ ਨੇ ਕਾਲੂ ਰਸੂਲਪੁਰ ਦੀ ਧਰਤੀ ਦਾ, ਨਾਲ ਪਿੰਡਾ ਰਸੂਲਪੁਰੀਆ, ਉਹ ਜਿਹੜੇ ਉੱਚ ਕੋਟੀ ਦੇ ਪਲੇਅਰ ਇਸ ਮੈਦਾਨ ਦੇ ਵਿੱਚ ਪੁੱਜ ਚੁੱਕੇ ਨੇ, ਸਾਰਿਆਂ ਦਾ ਧੰਨਵਾਦ ਹੈ। ਔਰ ਜਿੰਨੇ ਵੀ ਅਫੀਸ਼ਲ, ਇਕਬਾਲ ਮਧੋਕੇ, ਜੀਤਾ ਖੋਸਾ ਪਾਂਡੋਕੇ, ਧੰਨਾ ਗਗੜਾ, ਦਿਆਲਪੁਰੇ ਵਾਲਾ ਦੇਵ, ਪ੍ਰਗਟ ਢੇਲਵਾਂ ਮਾੜ, ਸੋ ਸਾਡੇ ਸਤਿਕਾਰ ਦੇ ਯੁੱਗ ਬਿਰਲਾ ਗਾਲਬ, ਮਨੀ ਧੂੜ, ਜਿਹਨੇ ਕੋਟਾ ਮਧੋਕੇ, ਇਹ ਸਾਰੇ ਅਫੀਸ਼ਲ ਦਾ ਵੱਡਾ ਧੰਨਵਾਦ ਵੀ ਕਰਾਂਗਾ ਜਿਹੜੇ ਖੇਡ ਮੈਦਾਨ ਦੇ ਵਿੱਚ, ਜਿਹਨਾਂ ਦਾ ਨਾਮ ਮੇਰੇ ਕੋਲੋਂ ਬੋਲਣ ਨੂੰ ਰਹਿ ਗਿਆ, ਖਿਮਾ ਦਾ ਜ਼ਾਸਕ ਜ਼ਰੂਰ ਹੋਵਾਂਗਾ। ਔਰ ਉਧਰਲੇ ਪਾਸੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਧਿਆ ਕੇ ਨਾਯੁਨ ਟੀਨਾ ਕਾਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਇੱਕ ਪਾਸੇ ਟੀਨਾ ਤੇ ਦੂਜੇ ਪਾਸੇ ਜਿਵੇਂ ਕਹਿੰਦੇ ਨੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਆ ਜਾਫੀ ਔਰ ਅੰਕ ਧਾਵੀ ਦਾ, ਅੰਕ ਜਿਹੜਾ ਨਵਜੋਤ ਲੋਹਾਰੇ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ। ਗਰਾਊਂਡ ਦੇ ਜਿਹੜੇ 50 ਚੱਕਰ ਲਾ ਰਿਹਾ ਗਰਾਊਂਡ ਦੇ ਵਿੱਚ ਇੱਕ ਬੱਚਾ। ਸੋ ਧੰਨਵਾਦ ਹੈ ਲੋਹਾਰੇ ਦੀ ਧਰਤੀ ਬਾਬੇ ਦਾਮੂ ਸ਼ਾਹ ਫੱਕਰ ਦੇ, ਨਗਰ ਦਾ ਨੌਜਵਾਨ ਜਿਹੜਾ ਗਰਾਊਂਡ ਦੇ ਚੱਕਰ ਲਾ ਰਿਹਾ ਇਹਦਾ ਵੀ ਧੰਨਵਾਦ ਹੈ। ਪਰਮਜੀਤਪੁਰਾ ਤੇ ਜੀਰਾ ਕਬੱਡੀ ਓਪਨ ਵਰਗ ਦਾ ਪਹਿਲਾ ਮੈਚ, ਕੰਡਿਆਲ ਵਾਲਾ ਸੁੱਖਾ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਹੈ। ਸੋ ਜਿੱਥੇ ਮਾਣ ਸਨਮਾਨ ਅਗਲੇ ਸਾਲ ਗੋਲਡ ਦੇ ਨਾਲ ਹੋਣੇ ਨੇ, ਉੱਥੇ ਆਹ ਦੇਖੋ ਵੀ ਆਹ ਜਫਾ ਜਿਹੜਾ ਜਾਫੀ ਨਹੀਂ ਲਾ ਸਕਿਆ, ਅੰਕ ਪ੍ਰਿਥੀ ਦੇ ਖਾਤਰ ਵਿੱਚ ਜੁੜਦਾ ਹੋਇਆ। ਕਹਿੰਦੇ ਨੇ ਵੀ ਪੰਜਾਬੀ ਮਾਂ ਖੇਡ ਕਬੱਡੀ ਦਾ ਮੁਕਾਬਲਾ ਤਕੜਾ ਹੈ। ਸਾਡੇ ਜ਼ਿੰਦਗੀ ਦਾ ਪਿਆਰਾ ਵੀਰ ਹੈਪੀ ਆਸਟ੍ਰੇਲੀਆ ਵਿਸ਼ੇਸ਼ ਤੌਰ ਤੇ ਪੁੱਜਾ, ਸਟੇਜ ਦੇ ਉੱਤੇ ਪੁੱਜਾਵੇ ਹੈਪੀ ਆਸਟ੍ਰੇਲੀਆ। ਬੀਤ ਕਹਿੰਦੇ ਨੇ ਕੌਂਕਿਆਂ ਵਾਲਾ ਅੱਜ ਦੇ ਇਸ ਕਹਿੰਦੇ ਨੇ ਟੂਰਨਾਮੈਂਟ ਦੇ ਵਿੱਚ ਪੁੱਜ ਰਿਹਾ ਬੀਤ ਕੌਂਕਿਆਂ ਵਾਲਾ। ਅਮਨ ਲੋਪੋ ਜੀ ਦੱਸ ਰਹੇ ਨੇ ਕਿ ਉਸ ਨੌਜਵਾਨ ਨੇ ਵੀ ਇੱਥੇ ਪੁੱਜ ਲਿਆ ਜਿਹਦੇ ਕਹਿੰਦੇ ਨੇ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਦੀ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਫੁੱਲ ਚੜ੍ਹਾਈਆਂ ਕੀਤੀਆਂ ਨੇ। ਹਮੀਰਗੜ੍ਹ ਤੋਂ ਜੱਗਾ ਜੀ ਪੁੱਜੇ ਨੇ, ਜ਼ਿੰਦਗੀ ਦਾ ਪਿਆਰਾ ਵੀਰ। ਪਰ ਇਧਰਲੇ ਪਾਸੇ ਕੌਡੀ ਦੇ ਮੈਦਾਨ ਦੇ ਵਿੱਚ ਰੌਂਤੇ ਦੀ ਟੀਮ, ਜਿਵੇਂ ਕਹਿੰਦੇ ਨੇ ਰੌਂਤਾ ਉਹ ਨਗਰ ਜਿੱਥੋਂ ਦਾ ਸੁਰਜੀਤ ਸਿੰਘ ਫੌਜੀ, ਰੌਂਤੇ ਦੀ ਧਰਤੀ ਦੇ ਮੀਤੇ ਦੀ ਗੱਲ, ਔਰ ਰੌਂਤੇ ਦੀ ਧਰਤੀ ਦਾ ਗੁਰਾਂਜੀਤ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਕਰਮਪਾਲ ਹੋਰਾਂ ਦੇ ਨਾਲ ਭਾਈਆਂ ਵਾਲਾ ਪਿਆਰ ਰੱਖਦਾ ਹੈ, ਉਸੇ ਪਿੰਡ ਦੀ ਟੀਮ। ਕੌਡੀ ਦਾ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ ਖਿਡਾਰੀ, ਚੱਲ ਨਾ ਪਾ ਕੌਡੀ, ਰੰਗ ਭਾਵੇਂ ਕਾਲਾ ਗੁਣ ਵੱਡੇ ਨੇ।
गुणा दे विच गल करिए ते काले रंग वाले कहिंदे ने भी साऊ हुंदे ने करार दे जिहड़े पक्के हुंदे ने आ टीना रंग काले दा खिडारी कौडी पाउण दे लई मैदान दे विच रौते दे वधिया रौते वाले जाफी ने भी कमाल दा जफा लाउण दी कोशिश गुट फट के लक नूं कैंची ला के दोवें गिट्टे जिहड़े अपने मजबूत हथां दे नाल पकड़ ले और मद्दोकां वाला इकबाल सिंह 2010 दे विच मेरे वीरो कनेडा दे विच वड्डियां जिम्मेवारियां निभाईआं ऑफिशियल भूमिका दे वजों और उहदा वी धन्नवाद पॉइंट जाफी दा पिरती दा पिंड गाजियां है जिस पिंड दा राजा मेरे वीरो यूएसए दे विच जिस पिंड दे काले दीआं गल्लां 1994 दे वर्ल्ड कबड्डी कप ओंटारियो दे हरसी सेंटर दे विच होईआं कि हरजीत टेक के मत्था जद वी रेडा पाउंदा सी विच टोरंटो जाके अपना नाम चमकाउंदा सी तलवार गुट दा पक्का शाया विच मैदानां दे देखण वाले हुंदे दोस्तों जहर जवाना दे रुपिंदर जी मंच दे उत्तों टीमां बारे एक बार फिर जिहड़ा अनाउंस कर दिओ जरूर क्योंकि परमजीतपुरा ते जीरा दीआं टीमां जिहड़ियां हाले तक कबड्डी ओपन दीआं नहीं पुज्जियां उधरले पासे वी वाकई अमर सिंह चमकीले ने जिहड़ा भी गाया सी सच गाया सी ओह कहिंदे ने सियाणे जफ्फा माड़ा ने दा जट नाल रौला लोको बट बन्ने दा बुरा विछोड़ा चमकीले भाई दा सज्जना दे नाल धोखा नहीं कमाई दा हाँ अन्ने वांगे वर्गे जफे वर्गा जफा ला के अंक जाफी ने अपने खाते पा दिता ला जी नाल ही मैं जीरा वर्सेज परमजीतपुरे दीआं टीमां जिहड़ीआं ग्राउंड च आ जाण अगले मैच दे लई नाल ही इक वारी फिर साडे समुची एनआरआई विंग दा धन्नवाद करदे आं साडे सत्कारयोग गुरमीत सिंह जी सिद्धू यूएसए नछत्तर सिंह जी छत्ती यूएसए राजपाल सिद्धू कनेडा ਇਹ ਵੀ ਨੈੱਟ ਤੇ ਮੈਚਾਂ ਦਾ ਆਨੰਦ ਮਾਣਦੇ ਨੇ ਨਾਲ ਹੀ ਅੰਗਰੇਜ਼ ਸਿੰਘ ਜੀ ਯੂਐਸਏ ਪਿੰਡਾ ਗਿੱਲ ਯੂਐਸਏ ਫੱਲੀ ਯੂਐਸਏ ਜਸਪਾਲ ਯੂਐਸਏ ਇਹ ਮੈਚਾਂ ਦਾ ਆਨੰਦ ਮਾਣਦੇ ਨੇ ਹਰਬੰਸ ਸਿੰਘ ਜੀ ਯੂਐਸਏ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਬਲਵੰਤ ਸਿੰਘ ਜੀ ਯੂਐਸਏ ਕਰਤਾਰ ਸਿੰਘ ਯੂਐਸਏ ਰਾਜਵੀਰ ਸੰਧੂ ਯੂਐਸਏ ਵਾਲੇ ਔਰ ਨਾਲ ਹੀ ਧੰਨਵਾਦ ਹੈ ਗੁਰਬਖਸ਼ ਸਿੰਘ ਜੀ ਫਤਿਹਗੜ੍ਹ ਜੱਗਾ ਆਸਟ੍ਰੇਲੀਆ ਸਾਡਾ ਵੀਰ ਪਿੰਦਰ ਸਿੱਧੂ ਯੂਐਸਏ ਉਹ ਵੀ ਇੰਟਰਨੈਟ ਦੇ ਰਾਹੀਂ ਮੈਚਾਂ ਦਾ ਆਨੰਦ ਮਾਣਦੇ ਨੇ ਨਾਲ ਉਹਨਾਂ ਦੇ ਕਜ਼ਨ ਸਾਡੇ ਸਤਿਕਾਰਯੋਗ ਬਾਈ ਅਮਨਾ ਪਿੰਡਰ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਧੰਨਵਾਦ ਹੈ ਔਰ ਨਾਲ ਹੀ ਜਿਹੜੇ ਸਾਡੇ ਵੀਰ ਕਰਮਪਾਲ ਜੀ ਸਿੱਧੂ ਕਨੇਡਾ ਇੰਡੀਆ ਪਹੁੰਚੇ ਹੋਏ ਨੇ ਰਾਮਪਾਲ ਸਿੱਧੂ ਕਨੇਡਾ ਗੁਰਚਰਨ ਚਰਨਾ ਕਨੇਡਾ ਗੁਰਸੇਵਕ ਕਨੇਡਾ ਰਾਜਪਾਲ ਸਿੱਧੂ ਕਨੇਡਾ ਬੱਬੀ ਕਨੇਡਾ ਪਿੰਡੀ ਨੰਬਰਦਾਰ ਕਨੇਡਾ ਮੋਠਾ ਕਨੇਡਾ ਕਾਲਾ ਕਨੇਡਾ ਹਰਵਿੰਦਰ ਫਤਿਹਗੜ੍ਹ ਕਨੇਡਾ ਮੇਜਰ ਬਰਾੜ ਜੀ ਖੇਡ ਪ੍ਰਮੋਟਰ ਲਾਲੀ ਕਨੇਡਾ ਪੱਪਾ ਗਿੱਲ ਕਨੇਡਾ ਦੀਪਾ ਕਨੇਡਾ ਜਲੰਧਰ ਸਿੰਘ ਜੀ ਸਿੱਧੂ ਕਨੇਡਾ ਗੁਰਮੀਤ ਮਾਂਡਵਾਲਾ ਕਨੇਡਾ ਸੁਖਮੰਦਰ ਸਿੱਧੂ ਜੀ ਕਨੇਡਾ ਅਮਰਜੀਤ ਸਿੱਧੂ ਜੀ ਕਨੇਡਾ ਦਲਜੀਤ ਬੀਲਾ ਕਨੇਡਾ ਔਰ ਸਰਪੰਚ ਰਵਿੰਦਰ ਸਿੰਘ ਜੀ ਕਨੇਡਾ ਮਾਸਟਰ ਸੁਖਦੇਵ ਸਿੰਘ ਜੀ ਕਨੇਡਾ ਗੁਰਪ੍ਰੀਤ ਸਿੰਘ ਜੀ ਗਿੱਲ ਯੂਕੇ ਮੇਜਰ ਸਿੰਘ ਜੀ ਯੂਕੇ ਹਰਜੀਤ ਯੂਕੇ ਹੈਪੀ ਆਸਟ੍ਰੇਲੀਆ ਜੱਗਾ ਆਸਟ੍ਰੇਲੀਆ ਲੱਖਾ ਇਟਲੀ ਰੂਪੀ ਨੀਦਰਲੈਂਡ ਸੇਵਕ ਸਿੰਘ ਜੀ ਦੁਬਈ ਸਰਜੀਤ ਸਿੰਘ ਜਗਰੂ ਜਰਮਨ ਵਾਲੇ ਨਾਲ ਹੀ ਰਾਜੂ ਆਸਟ੍ਰੇਲੀਆ ਇਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਕੀਤਾ ਜਾਂਦਾ ਹੈ ਨਾਲ ਹੀ ਸਾਹਮਣੇ ਪਈ ਹੋਈ ਕਬੱਡੀ ਨਾਲ ਹੀ ਮੇਰੇ ਵੀਰੇ ਅੰਗਰੇਜ਼ਾ ਕਬੱਡੀ ਖਿਡਾਰੀ ਜੀ ਨੂੰ ਜਸਵੀਰ ਸਿੰਘ ਜੀ ਸ਼ਿੰਡਾ ਕਨੇਡਾ ਤੇ ਸੁਖਮੰਦਰ ਸਿੰਘ ਜੀ ਜਾਲ ਸਾਹਿਬ ਬੁਲਟ ਮੋਟਰਸਾਈਕਲ ਜਿਹੜਾ ਦਿੱਤਾ ਤਾਂ ਲੈ ਕੇ ਦੇ ਕਬੱਡੀ ਕੱਪ ਤੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਲਾਲ ਜੀ ਮੁਕਾਬਲੇ ਦੀਆਂ ਗੱਲਾਂ ਨੇ ਇਹਨਾਂ ਚੋਂ ਦਰਸ਼ਨ ਨੰਬਰਦਾਰ ਜੀ ਜੀਰਾ ਤੇ ਪਰਮਜੀਤਪੁਰਾ ਜਿਹੜੀ ਇਹ ਟੀਮ ਅਗਲੇ ਮੈਚ ਲਈ ਆ ਜੇ ਇੱਧਰ ਟਰੈਕ ਦੇ ਚੱਕਰ ਲਾਉਂਦਾ 45 ਚੱਕਰ ਲਾਉਣੇ ਨੇ ਮੇਰੇ ਵੀਰ ਨੇ ਲਾਲ ਜੀ ਇਹਨਾਂ ਮੈਚਾਂ ਦੇ ਵਿੱਚ ਰਾਮਪੇ ਦੀ ਟੀਮ ਜਿੱਤ ਗਈ ਹੈ ਪੁੱਤਰ ਸਿੰਘ ਜੀ ਨੋਟ ਕਰਿਓ ਰੌਣਤਾ ਜਿਹੜੀ ਟੀਮ ਜਿੱਤ ਗਈ ਹੈ ਸੋ ਜਲਦੀ ਤੋਂ ਜਲਦੀ ਨਾਲ ਹੀ ਸਾਡੇ ਬਸੰਤ ਸਿੰਘ ਦੀ ਕਨੇਡਾ
बहुत ही सत्कारयोग वीर ने उन्हां दा भी असीं धन्नवाद करदे हां। बसंत सिंह जी कनेडा बहुत ही सत्कारयोग रिस्पैक्टड जिहड़े ने उन्हां दा भी असीं धन्नवाद करदे हां। लाल जी जल्दी तो जल्दी जिहड़ियां टीमां ग्राउंडां दे विच आ जाण, जीरा ते परमजीतपुरा मैणा ए ते तलवंडी चौधरियां, तलवंडी मल्लियां ते चंद पुराणा, बाबा रोडू शाह क्लब कौके ते